ਇਸ ਪ੍ਰੋਗਰਾਮ ਸੰਬੰਧੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98 150 23 068 98 150 23 068। ਬੀਤੇ ਦਿਨੀ ਜ਼ਿਲ੍ਹਾ ਲੁਧਿਆਣਾ ਦੇ ਮੰਨੇ ਪ੍ਰਵੰਨੇ ਪਿੰਡ ਚੌਂਤਾ ਵਿਖੇ ਪੀਰ ਬਾਬਾ ਲੱਖਦਾਤਾ ਜੀ ਦੀ ਯਾਦ ਵਿੱਚ ਮੇਲਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਾਟਮਾ ਛਿੰਝ ਮੇਲਾ ਕਰਵਾਇਆ ਗਿਆ। ਪੀਰ ਬਾਬਾ ਲੱਖਦਾਤਾ ਜੀ ਦੇ ਅਸਥਾਨ ਤੇ ਸੰਗਤਾਂ ਸਵੇਰ ਤੋਂ ਹੀ ਨਤਮਸਤਕ ਹੋ ਕੇ ਹਾਜ਼ਰੀਆਂ ਭਰ ਰਹੀਆਂ ਸਨ। ਜ਼ਿਕਰਯੋਗ ਹੈ ਕਿ ਇਸ ਅਸਥਾਨ ਦੀ ਸੇਵਾ ਮੁੱਖ ਸੇਵਾਦਾਰ ਬਾਬਾ ਹਰੀ ਰਾਮ ਜੀ ਆਰੇ ਵਾਲੇ ਬਹੁਤ ਹੀ ਸੇਵਾ ਭਾਵਨਾ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ। ਝੰਡੇ ਅਤੇ ਚਾਦਰ ਦੀ ਰਸਮ ਬਾਬਾ ਹਰੀ ਰਾਮ ਜੀ ਮੇਲਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀਆਂ ਨੇ ਸਾਂਝੇ ਤੌਰ ਤੇ ਨਿਭਾਈ। ਸੰਗਤਾਂ ਲਈ ਇਸ ਅਸਥਾਨ ਤੇ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਸਨ। ਬਾਬਾ ਹਰੀ ਰਾਮ ਜੀ ਆਰੇ ਵਾਲਿਆਂ ਦੇ ਗ੍ਰਹਿ ਵਿਖੇ ਝੰਡੀ ਦੀ ਤਿਆਰੀ ਕੀਤੀ ਗਈ। ਪੀਰ ਲੱਖਦਾਤਾ ਜੀ ਦੇ ਅਸਥਾਨ ਤੇ ਅਰਦਾਸ ਕਰਨ ਉਪਰੰਤ ਝੰਡੀ ਲੈ ਕੇ ਸੰਗਤਾਂ ਨੇ ਅਖਾੜੇ ਲਈ ਚਾਲੇ ਪਾਏ। ਬਾਬਾ ਯਾਹਰ ਵਲੀ ਜੀ ਦੇ ਅਸਥਾਨ ਤੇ ਨਤਮਸਤਕ ਹੁੰਦੇ ਹੋਏ ਝੰਡੀ ਨੂੰ ਅਖਾੜੇ ਵਿੱਚ ਪਹੁੰਚਾਇਆ ਗਿਆ। ਇਸ ਮੌਕੇ ਤੇ ਨੰਬਰਦਾਰ ਜਸਵੀਰ ਸਿੰਘ ਗਿੱਲ, ਰਾਮ ਮੂਰਤੀ, ਛੋਟੂ ਰਾਮ ਸਾਬਕਾ ਸਰਪੰਚ, ਗੁਰਮੀਤ ਸਿੰਘ ਪੰਚ, ਬਲਵਿੰਦਰ ਸਿੰਘ ਬਿੱਟੂ, ਪਰਮਜੀਤ ਸਿੰਘ ਨੰਬਰਦਾਰ, ਤਰਲੋਚਨ ਸਿੰਘ ਪੰਚ, ਅਮਰਤ ਰਵਾਲਾ, ਦਲਜੀਤ ਸਿੰਘ ਸਾਬਕਾ ਪੰਚ ਵੀ ਹਾਜ਼ਰ ਸਨ। ਪਹਿਲੀ ਕੁਸ਼ਤੀ ਦੀ ਸ਼ੁਰੂਆਤ ਮੇਲਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਹੋਰ ਪਤਵੰਤਿਆਂ ਵੱਲੋਂ ਕਰਵਾਈ ਗਈ। ਇਸ ਕਰਵਾਏ ਗਏ ਕੁਸ਼ਤੀ ਦੰਗਲ ਵਿੱਚ ਵੱਖ ਵੱਖ ਅਖਾੜਿਆਂ ਤੋਂ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ ਅਤੇ ਆਪਣੇ ਜ਼ੋਰ ਦਿਖਾਏ। ਬਹੁਤ ਬਹੁਤ ਧੰਨਵਾਦ ਹੈ ਜੀ, ਵੱਡਾ ਧੰਨਵਾਦ ਹੈ ਸਾਰੇ ਦਾਨੀ ਸੱਜਣਾਂ ਦਾ ਤੇ ਇਹ ਜਿਹੜੇ ਕਹਿੰਦੇ ਕੁਸ਼ਤੀਆਂ ਇਸ ਵੇਲੇ ਤੁਰੀਆਂ ਭਰ ਜੋ ਹੁਣ ਤੇ ਨੇ, ਦਰਸ਼ਕ ਪੂਰਾ ਆਨੰਦ ਮਾਣ ਰਹੇ ਨੇ, ਚੱਲ ਰਹੀ ਆ ਕੁਸ਼ਤੀਆਂ ਦਾ ਤੇ ਇਹ ਜਿਹੜੇ ਕਹਿੰਦੇ ਨੌਜਵਾਨ ਇਸ ਵੇਲੇ ਮੈਂ ਗੱਲ ਕਰ ਰਿਹਾ ਸੀ ਇਹਨਾਂ ਮੰਡ ਚੌਂਤੇ ਵਾਲੇ ਦੀ ਤੇ ਦੂਜੀ ਬੰਨੀ ਕਹਿੰਦੇ ਨੌਜਵਾਨਾਂ ਮੇਰੇ ਪੰਜਾਬੀ ਵੀਰਿਓ ਬਾਰਨ ਵਾਲਾ ਤੇ ਸਾਹਮਣੇ ਚੱਲਦੀ ਹੋਈ ਕੁਸ਼ਤੀ ਦੋਨੋਂ ਭਲਵਾਨਾਂ ਦੇ ਦਰਮਿਆਨ ਧੀਰ ਪਰਿਵਾਰ ਦਾ ਜਿਹਦੇ ਪਰਿਵਾਰ ਵੱਲੋਂ ਕਹਿੰਦੇ ਜਿਸ ਪਰਿਵਾਰ ਵੱਲੋਂ ਅੱਜ ਕਹਿੰਦੇ ਝੋਟੀ ਦਿੱਤੀ ਜਾਵੇਗੀ ਤੇ ਸਾਹਮਣੇ ਕਹਿੰਦੇ ਕੁਸ਼ਤੀ ਜਿਹੜੀ ਚੱਲ ਰਹੀ ਹੈ ਦੋਨੋਂ ਭਲਵਾਨਾਂ ਦੇ ਦਰਮਿਆਨ ਤੇ ਇਹਦੇ ਕਹਿੰਦੇ ਇਸ ਵੇਲੇ ਜੱਸਾ ਮਲੇਰਕੋਟਲੇ ਵਾਲਾ ਤੇ ਉਹ ਦੂਜੀ ਬੰਨੀ ਉਹ ਚੌਂਤੇ ਵਾਲਾ ਦੇਖੋ ਦਰਸ਼ਕੋ ਤਾੜੀ ਉਹ ਬੱਲਿਓ ਨੌਜਵਾਨਾਂ ਆ ਜਾਓ ਜੀ ਝੰਡੀ ਵਾਲੇ ਅਮਨ ਪ੍ਰਦੀਪ ਚੀਕਾ ਤੇ ਬੜਾ ਖਲੀ ਸਾਡਾ ਵੀਰ ਝੰਡੀ ਦੀ ਕੁਸ਼ਤੀ ਵਾਸਤੇ ਆ ਜਾਵੇ ਉਹ ਤਿੰਨ ਨਿਕਲ ਗਏ ਵਿੱਚੋਂ 14 ਇੰਚ ਨਿਕਲੇ ਹੋ ਤਾੜੀ ਹੁਣ ਕੌਣ ਕੌਣ ਮਾਰੂ ਮੈਨੂੰ ਕਹਿਣਾ ਨਾ ਪਵੇ। ਦੋ ਨੰਬਰ ਦੀ ਕੁਸ਼ਤੀ ਨਰਿੰਦਰ ਚੰਗੇੜੀ ਅਤੇ ਜੱਸੂ ਹਰਿਆਣਾ ਵਿਚਕਾਰ ਹੋਈ। ਆਰ ਪਾਰ ਦੀ ਕੁਸ਼ਤੀ ਹੋਏ ਆਰ ਪਾਰ ਦੀ ਕੁਸ਼ਤੀ ਜਿਹੜੀ ਸ਼ੁਰੂ ਹੋ ਚੁੱਕੀ ਆ ਮੇਰੇ ਵੀਰਿਓ ਕਿ ਗੁਰੂ ਬਿਨਾਂ ਗਤੀ ਨਾ ਹੋਵੇ ਭਾਵੇਂ ਲੱਖ ਕਿਤਾਬਾਂ ਫਰੋਲ ਕਿ ਗੁਰੂ ਬਿਨਾਂ ਗਤੀ ਨਾ ਹੋਵੇ ਭਾਵੇਂ ਲੱਖ ਕਿਤਾਬਾਂ ਫਰੋਲ ਇਹ ਤਰਨੀ ਲੱਗ ਜਾ ਸਾਈ ਪੀਰਾਂ ਦੇ ਕਿ ਰੱਬ ਹੈ ਤੇਰੇ ਕੋਲ ਕਿ ਚਰਨੀ ਲੱਗ ਜਾ ਸਾਈ ਪੀਰਾਂ ਦੇ ਰੱਬ ਹੈ ਤੇਰੇ ਕੋਲ। ਬਹੁਤ ਬਹੁਤ ਧੰਨਵਾਦ ਹੈ ਜੀ ਰੱਬ ਵਰਗੀ ਸਾਰੀ ਸੰਗਤ ਦਾ ਤੇ ਇਹਦੇ ਕੁਸ਼ਤੀ ਹੁਣ ਉਹ ਬੱਲੇ ਨੌਜਵਾਨਾਂ ਦਰਸ਼ਕੋ ਜੀ ਜੀ ਨੂੰ ਸਵਾਦ ਆਉਂਦਾ ਤਾੜੀ ਗਹਿ ਗੱਡਮੀ ਮਾਰ ਦੋ ਤਾੜੀ ਮਾਰੋ ਹੌਸਲਾ ਬਜਾਈ ਕਰੋ ਇਹਨਾਂ ਭਲਵਾਨਾਂ ਦਾ ਤੇ ਗੱਲਾਂ ਆਪਾਂ ਸਾਰੀਆਂ ਅੱਜ ਸੱਚੀਆਂ ਸੁਣਾਵਾਂਗੇ ਗੱਲਾਂ ਸੱਚੀਆਂ ਸੁਣਾਵਾਂਗੇ ਜਿਵੇਂ ਕਹਿੰਦੇ ਹੋਸੇ ਕੋਟਲੇ ਵਾਲਾ ਅਮਰੀਕ ਆਖਦਾ ਹੁੰਦਾ ਕਿ ਅੰਗਰੇਜ਼ਾਂ ਨੇ 26 ਅੱਖਰਾਂ ਦੇ ਵਿੱਚੋਂ 3 ਅੱਖਰ ਚੁਣਦੇ ਜੀ ਉਹ ਤੇ ਡੀ ਗੋਡ ਬਣਾ ਦਿੱਤਾ ਜੀ ਤੇ ਜਨਰੇਟਰ ਪੈਦਾ ਕਰਨੇ ਵਾਲਾ ਉਹ ਤੇ ਆਪਰੇਟਰ ਪਾਲਣ ਪੋਸ਼ਣ ਕਰਨੇ ਵਾਲਾ ਤੇ ਡੀ ਤੇ ਡਿਸਟਰਾਇਡ ਕਹਿੰਦੇ ਖਤਮ ਕਰਨੇ ਵਾਲਾ ਇਹ ਗੱਲਾਂ ਸੱਚ ਨੇ ਕਿ ਇਹ ਪੈਦਾ ਵੀ ਉਹ ਕਰਦਾ ਪਾਲਣ ਪੋਸ਼ਣ ਵੀ ਉਹ ਕਰਦਾ ਤੇ ਖਤਮ ਵੀ ਉਹ ਕਰਦਾ ਇਹ ਕਹਿੰਦੇ ਇਹ
ਤੇ ਕਹਿੰਦੇ ਸੰਗਤ ਖੁਸ਼ ਹੋ ਜਾਵੇ, ਦਰਸ਼ਕ ਖੁਸ਼ ਹੋ ਜਾਣੇ। ਨਰਿੰਦਰ ਚੰਗੇੜੀ ਨੇ ਇਸ ਕੁਸ਼ਤੀ ਵਿਚ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਤੇ ਭਾਰੀ ਗਰਮੀ ਦੇ ਬਾਵਜੂਦ ਵੀ ਪਿੰਡ ਪਚੌਤਾ ਦੀਆਂ ਕੁਸ਼ਤੀਆਂ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਝੰਡੀ ਦੀ ਕੁਸ਼ਤੀ ਰਕੇਸ਼ ਖਲੀ ਬਾਰਨ ਅਤੇ ਪ੍ਰਦੀਪ ਚੀਕਾ ਦੇ ਵਿਚਕਾਰ ਹੋਈ। ਜਿਹੜੇ ਵੀਰਾਂ ਨੇ ਸਾਈਕਲ ਚਲਾਇਆ, ਮੈਂ ਸਾਈਕਲ ਸਲਾਉਣ ਲੱਗਿਆ, ਉਹ ਇੱਕ ਵਾਰੀ ਤਾੜੀ ਜ਼ਰੂਰ ਮਾਰਿਓ। ਜਿਹਨਾਂ ਜਿਹਨਾਂ ਸਾਈਕਲ ਚਲਾਇਆ ਤਾੜੀ ਮਾਰ ਦਿਓ ਪੰਜਾਬੀਓ। ਇਧਰ ਕਹਿੰਦੇ ਝੰਡੀ ਦੀ ਕੁਸ਼ਤੀ ਹੈ ਤੇ ਮੈਂ ਗੱਲ ਸਾਈਕਲ ਦੀ ਕਰਦਾ ਸੀ, ਦਰਸ਼ਕਾਂ ਨੇ ਕਹਿੰਦਾ ਸੁਣਾ ਕੀ ਨਹੀਂ ਗਿਆ ਕਿ ਮੁੰਡਾ ਕਹਿੰਦਾ ਬਾਪੂ ਉਹ ਮੈਂ ਗੱਡੀ ਲੈਣੀ ਆ, ਕਿ ਮੁੰਡਾ ਕਹਿੰਦਾ ਬਾਪੂ ਉਹ ਮੈਂ ਲੈਣੀ ਆ, ਤੇ ਬਾਪੂ ਕਹਿੰਦਾ ਸੰਧੂ ਆ ਪੈਲੀ ਵੇਚਣੀ ਪੈਣੀ ਆ, ਕਿ ਟਾਹਲੀ ਵਾਲਾ ਕੀਲਾ ਬਾਪੂ ਲੇਖੇ ਲਾ ਦਿਓ। ਮੇਲੇ ਤੇ ਵੱਡੀ ਹਾਜ਼ਰੀ ਹੁੰਦੀ ਆ, ਇਹਨਾਂ ਦੀ ਅਪਾਰ ਕਿਰਪਾ, ਲੱਖ ਦਾਤਾ ਪੀਰ ਲਾਲਾ ਵਾਲਾ ਉਹਦੀ ਅਪਾਰ ਕਿਰਪਾ ਦੇ ਨਾਲ ਲੱਗੀਆਂ ਹੋਈਆਂ ਰੌਣਕਾਂ ਨੇ। ਤੇ ਇੱਧਰ ਹੁਣ ਝੰਡੀ ਦੀ ਕੋਤੀ ਚੱਲਦੀ ਆ, ਉਹ ਦਰਸ਼ਕ ਇੱਕ ਨਹੀਂ ਕਹਿੰਦੇ ਹੱਥ ਬਣ ਕੇ, ਹੱਥ ਬੰਨ ਕੇ ਨਹੀਂ ਗੱਲ ਬਣਨੀ, ਤਾੜੀ ਗਹਿ ਗੱਡ ਵੀ ਮਾਰੋ, ਪਤਾ ਲੱਗੇ ਤਾੜੀ ਮਾਰੋ ਇਹਨਾਂ ਭਲਵਾਨਾਂ ਨੂੰ, ਤਾਂ ਹੀ ਆਰ ਪਾਰ ਦੀ ਦਿਖਾਉਣਗੇ। ਬਾਹਰ ਬੈਠੇ ਦਾ ਕਹੀ ਜਾਂਦੇ ਆਰ ਪਾਰ ਦੇਖਣੀ ਆ, ਤਾਂ ਹੀ ਦਿਖਾਉਣਗੇ। ਉਹ ਬਲੇ ਉਹ ਨੌਜਵਾਨੋ, ਉਹ ਬਲੇ ਪਹਿਲਵਾਨਾਂ ਵੱਲੋਂ 20-25 ਮਿੰਟ ਦੀ ਜਦੋਜਹਿਦ ਕੀਤੀ ਗਈ। ਪ੍ਰਬੰਧਕਾਂ ਨੇ ਕੁਸ਼ਤੀ ਆਰ ਪਾਰ ਕਰਨ ਦੀ ਗੱਲ ਕੀਤੀ। ਆਖਰ ਖਲੀਵਾਰ ਨੇ ਦਾ ਪੇਚ ਮਾਰਦੇ ਹੋਏ ਪ੍ਰਦੀਪ ਚੀਕਾ ਨੂੰ ਚਿੱਤ ਕਰਕੇ ਝੰਡੀ ਤੇ ਜਿੱਤ ਪ੍ਰਾਪਤ ਕੀਤੀ। ਪਟਕੇ ਦੀ ਕੁਸ਼ਤੀ ਜਿੱਤਣ ਵਾਲੇ ਪਹਿਲਵਾਨ ਨੂੰ ਝੋਟੀ ਅਤੇ 2 ਨੰਬਰ ਦੇ ਰਹਿਣ ਵਾਲੇ ਪਹਿਲਵਾਨ ਨੂੰ 25,000 ਰੁਪਏ ਨਗਦ ਇਨਾਮ ਦੇ ਕੇ ਅਤੇ ਸਿਰੋ ਭਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਮੈਂਟੇਟਰ ਦੀ ਸੇਵਾ ਬੱਬਲ ਮਾਨਕੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਇਸ ਕੁਸ਼ਤੀ ਦੰਗਲ ਵਿੱਚ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਸਾਰੇ ਸਮਾਗਮਾਂ ਵਿੱਚ ਮਨਪ੍ਰੀਤ ਸਿੰਘ ਮੰਨਾ, ਗੁਰਮੀਤ ਸਿੰਘ ਦਿਓਲ, ਪ੍ਰੇਮ ਚੰਦ, ਰਜਿੰਦਰ ਸਿੰਘ ਝੱਜ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਟੋਨੀ, ਹਰਪਾਲ ਪਹਿਲਵਾਨ, ਮਹਿੰਦਰ ਸਿੰਘ ਸਾਬਕਾ ਪੰਚ, ਬੂਟਾ ਠੇਕੇਦਾਰ, ਨਰਿੰਦਰ ਸਿੰਘ, ਹਰਪ੍ਰੀਤ ਸਿੰਘ, ਜਰਨੈਲ ਸਿੰਘ ਸਾਬਕਾ ਸਰਪੰਚ ਦਾ ਵੀ ਭਰਪੂਰ ਯੋਗਦਾਨ ਰਿਹਾ। ਇਸ ਮੌਕੇ ਤੇ ਬਾਬਾ ਹਰੀ ਰਾਮ ਜੀ ਨੇ ਸਾਡੇ ਪੱਤਰਕਾਰ ਸੁਖਵਿੰਦਰ ਗਿੱਲ ਨਾਲ ਗੱਲਬਾਤ ਕਰਦੇ ਹੋਏ ਦੱਸਿਆ। ਆਪਾਂ ਨੌ ਇਕੱਲੇ ਇਕੱਲੇ ਬਦਲੇ ਆ, ਉਹ ਤਾਂ ਇੱਕੋ ਹੀ ਹੈ। ਇਹ ਛਿੰਜ ਸਾਡੇ ਪਿਤਾ ਨੇ ਅੱਜ ਤੋਂ 62 ਸਾਲ ਪਹਿਲਾਂ ਸ਼ੁਰੂ ਕਰਾਈ ਸੀ। ਚੰਗੇ ਭਲਵਾਨ ਆਉਂਦੇ ਆ, ਇਹ ਨਗਰ ਦੀ ਸਹਾਇਤਾ ਦੇ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ। ਅਰ ਇਹ ਮੇਲਾ ਬੜਾ ਬੜੇ ਉਤਸ਼ਾਹ ਦੇ ਨਾਲ ਹੋ ਰਿਹਾ, ਔਰ ਬਹੁਤ ਇਸ ਪੀਰ ਨੇ ਜਿਹੜੀਆਂ ਲੜਕੀਆਂ 5-7 ਸਾਲ ਦੇ ਉਹਨਾਂ ਦੇ ਕੋਈ ਗੋਦੀ ਖਾਲੀ ਸੀ, ਉਹਨਾਂ ਦੀ ਗੋਦੀ ਦੇ ਵਿੱਚ ਲਾਲ ਪਾਏ। ਇੰਨੀਆਂ ਆਸਾਂ ਮੁਰਾਦਾਂ ਇਹ ਪੂਰੀਆਂ ਕਰਦਾ ਹੈ, ਪਰ ਮੈਂ ਇਹੀ ਹਰ ਦਮ ਇਹਦੇ ਕੋਲ ਦੁਆ ਮੰਗਦਾ, ਮੇਰੀ ਨਜ਼ਰ 'ਤੇ ਰਹਿਮ ਦੀ ਨਜ਼ਰ ਕਰੀ, ਮੇਰੇ ਇਸ ਨਗਰ ਨੂੰ ਚੜ੍ਹਦੀਆਂ ਕਲਾਂ 'ਚ ਰੱਖਣ, ਸਦਾ ਸੁਖੀ ਰੱਖਣ। ਮੇਰਾ ਬਹੁਤ ਹੀ ਲੱਖਾਂ ਦਾ ਦਾਤਾ ਹੈ, ਲੱਖਾਂ ਦਾ ਵੀਰ ਹੈ ਦਾਦਾ ਦੀ ਸਰਕਾਰ। ਮੈਂ ਉੱਥੋਂ ਹਰ ਵੇਲੇ ਰਹਿਮ ਮੰਗਦਾ ਹਾਂ, ਰਹਿਮ ਕਰੀ ਮੇਰਾ ਦਾਤਾ। ਸੁਖਵਿੰਦਰ ਸਿੰਘ ਗਿੱਲ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਨੇ ਦੱਸਿਆ, ਤਾਰਾ ਬਾਬੇ ਲਾਲਾ ਵਾਲੇ ਦਾ ਸਾਡੇ ਦਰਬਾਰ ਕੀ ਜੈ। ਇਹ ਲੁਧਿਆਣੇ ਤੋਂ ਨਾ ਪਿੰਡ ਚੌਂਤਾ ਰਾਹ ਰੋਡ ਤੇ ਪੈਂਦਾ, 20 ਕਿਲੋਮੀਟਰ ਆ। ਮੱਛੀਵਾੜਾ ਤੇ ਲੁਧਿਆਣੇ ਦੇ ਵਿਚਾਲੇ ਸੈਂਟਰ ਜੇ ਜਾ ਪਿੰਡ ਚੌਂਤਾ। ਇੱਥੇ ਤਕਰੀਬਨ 62 ਸਾਲ ਛਿੰਝ ਮੇਲਾ ਜੀ, ਸਾਲ ਬਾਅਦ ਹੁੰਦਾ ਛਿੰਝ ਮੇਲਾ। ਅਤੇ ਜੋ ਵੀ ਬਾਬੇ ਦੇ ਸੁੱਖ ਸੁੱਖ ਰਹੇ ਇੱਥੇ ਆ ਕੇ, ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ, ਉਹ ਬਾਬਾ ਹਰ ਕੋਈ ਸੁੱਖ ਪੂਰੀ ਕਰਦਾ। ਉਸੇ ਤਰ੍ਹਾਂ ਆ ਕੇ ਉਹ ਜੋ ਸੁੱਖ ਸੁੱਖ ਰਹੇ ਆ, ਜਿਵੇਂ ਕੋਈ ਕਿਸੇ ਨੇ ਮੱਝ ਦੀ ਸੁੱਕੀ ਆ, ਕਿਸੇ ਨੇ ਮੋਟਰਸਾਈਕਲ ਸੁੱਕੀ, ਉਹ ਆ ਕੇ ਚੜਾਵਾ ਚੜਾਉਂਦੇ ਆ ਜੀ, ਉਹਨਾਂ ਦੀਆਂ ਮੂਰਤੀਆਂ ਚੜਾਉਂਦੇ ਆ। ਅਤੇ ਉਹਦੇ ਵਿੱਚ ਅਸੀਂ ਇਹ ਸਿਰੇ ਕੁਸ਼ਤੀ ਮੇਲਾ ਕਰਾਉਂਦੇ ਹਾਂ ਜੀ, ਬਾਬਾ ਜੀ ਦੀ ਯਾਦ ਵਿੱਚ ਹੀ ਕੁਸ਼ਤੀ ਦੰਗਲ ਕਰਾਉਂਦੇ ਹਾਂ, ਜਿੱਥੋਂ ਤਕਰੀਬਨ ਸਾਰੇ ਪੰਜਾਬ ਤੋਂ ਹੀ ਵੱਖ ਵੱਖ ਸ਼ਹਿਰਾਂ ਤੋਂ ਮੰਨੇ ਪ੍ਰਮੰਨੇ ਪਹਿਲਵਾਨ ਆਉਂਦੇ ਜੀ। ਅਤੇ ਤਕਰੀਬਨ ਇਹਨਾਂ ਦੇ ਮੁੱਖ ਸੇਵਾਦਾਰ ਬਾਬਾ ਹਰੀਦਾਸ ਜੀ ਆਲੇ ਵਾਲੇ ਨੇ ਜੀ, ਅਤੇ ਇਹਨਾਂ ਦੀ ਰਹਿਮ ਹੇਠ ਹੀ ਸਾਰਾ ਜੋ ਮੇਲਾ ਉਹ ਕਰਵਾ ਜਾ ਰਿਹਾ।
ਅਤੇ ਛਿੰਝ ਮੇਲਾ ਕਰਵਾਉਣ ਦੀ ਇੱਕ ਉਹ ਵੀ ਵਜ੍ਹਾ ਸੀ ਜਿਹੜੇ ਲੋਕ ਨੇ ਨਵੀਂ ਪਨੀਰੀ ਆ ਪੀੜ੍ਹੀ ਆ ਵੀ ਇਹ ਨਸ਼ਿਆਂ ਤੋਂ ਬਚੇ ਰਹਿਣ ਤਾਂ ਕਿ ਖੇਡਾਂ ਵੱਲ ਉਤਸ਼ਾਹ ਹੋਣ ਉਹਦੇ ਉਹ ਵੀ ਸਾਡਾ ਇੱਕ ਮਹੱਤਵ ਹੈ। ਅਖੀਰ ਵਿੱਚ ਸਾਡੇ ਪੱਤਰਕਾਰ ਸੁਖਵਿੰਦਰ ਸਿੰਘ ਗਿੱਲ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਚਰਨ ਸਿੰਘ ਨੇ ਦੱਸਿਆ ਮੇਲਾ ਜਿਹੜਾ ਮਨਾ ਰਹੇ ਅਸੀਂ ਉਹ ਵੀ ਦਿਨ ਸੀ ਸਾਡੇ 'ਤੇ ਜਦੋਂ ਅਸੀਂ ਸ਼ੁਰੂ ਕਰਿਆ ਮੈਂ ਇਹਨਾਂ ਦੇ ਨਾਲ ਹੀ ਹਰੀ ਰਾਮ ਦੇ ਕਿਸੇ ਨੂੰ ਠਿਆਨੀ ਕਿਸੇ ਨੂੰ ਰੁਪਈਆ ਦੇ ਕੇ ਸ਼ੁਰੂ ਕਰਿਆ ਤੋਂ ਅੱਜ ਬਲੰਦੀ 'ਤੇ ਚਲਿਆ ਗਿਆ ਇਲਾਕੇ ਕੀ ਪੰਜਾਬ 'ਚ ਮੰਨਿਆ ਜਾਂਦਾ ਸਿੰਝ ਮੇਲਾ ਹੋ ਗਿਆ ਹੈ। ਇਹਦੀ ਕਿਰਪਾ ਨਾਲ ਬਾਬੇ ਜੀ ਨਾਲ ਇਹ ਕੰਮ ਸਾਰਾ ਚੱਲਦਾ ਮਿਲ ਕੇ ਸਹਿਜਾ ਮਨਾਉਂਦਾ ਹੈ ਸਿੰਝ ਮੇਲਾ ਅਤੇ ਕਿਰਪਾ ਇਹਦੀ ਆ ਹਰੀ ਰਾਮ ਦੀ ਜਿਹੜਾ ਉਦਮ ਨਾਲ ਮੇਲਾ ਲੱਗਿਆ ਇੰਨਾ ਹੀ ਕਹਿੰਦਾ ਹੋਇਆ ਮੈਂ ਇਹੀ ਅਰਦਾਸ ਕਰਦਾ ਵੀ ਅੱਗੇ ਤੋਂ ਵੀ ਇਹ ਮੇਲਾ ਜਿਵੇਂ ਦੁੱਗਣਾ ਚੌਗਣੇ ਵਾਲਾ ਵੱਧਦਾ ਰਹੂਗਾ ਕਿਰਪਾ ਕਰੇ ਮਹਾਰਾਜ।